ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ एग्जाम ਸਟੱਡੀ ਵਿਦ ਜੋਬ ਅਲਰਟ ਤੇ ਸੋ ਬੇਸ਼ੱਕ ਸਰਕਾਰ ਵੱਲੋਂ ਨੌਕਰੀਆਂ ਦਾ ਹੜਾ ਲਾਲ ਹੋ ਚੁੱਕਿਆ ਸੋ ਅੱਜ ਦੇ ਨਾਲ ਅਲੱਗ-ਅਲੱਗ ਵੈਕੈਂਸੀਆਂ ਲੈ ਕੇ ਨੋਟੀਫਿਕੇਸ਼ਨ ਵੀ ਜਾਰੀ ਹੋ ਰਹੇ ਨੇ ਸੋ ਇਹਨਾਂ ਸੰਬੰਧ ਦੇ ਇੱਕ ਹੋਰ ਅਪਡੇਟ ਆਈ ਹੈ ਪੰਜਾਬ ਦੇ ਟਰਾਂਸਪੋਰਟ ਭਾਗ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹਾਲ ਹੀ ਵੀ ਅਸਾਮੀਆਂ ਨੇ ਜਿਹੜੀਆਂ ਖਾਲੀ ਪਈਆਂ ਨੇ ਸੋ ਪੂਰੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਾਂ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਜਿੱਤੇ ਹਜ਼ਾਰਾਂ ਅਸਾਮੀਆਂ ਖਾਲੀ ਪਈਆਂ ਉੱਥੇ ਹੀ ਸੂਬੇ ਦੇ ਟਰਾਂਸਪੋਰਟ ਵਿਭਾਗ ਦਾ ਹਾਲ ਵੀ ਕੁਝ ਵੱਖਰਾ ਨਹੀਂ ਹੈ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਸੇਵਾ ਮੁਕਤ ਹੋ ਜਾਣ ਤੋਂ ਬਾਅਦ ਮੂੜ ਉਹਨਾਂ ਖਾਲੀ ਸਾਮੀਆਂ ਤੇ ਭਰਤੀ ਕਰਨ ਦੀ ਬਜਾਏ ਖਾਲੀ ਪੋਸਟਾਂ ਦਾ ਬੋਝ ਜਿਹੜਾ ਉਹ ਦੂਜੇ ਅਧਿਕਾਰੀਆਂ ਤੇ ਮੁਲਾਜ਼ਮਾਂ ਤੇ ਪਾਇਆ ਜਾ ਰਿਹਾ ਹੈ ਜਿਸ ਕਾਰਨ ਸਰਕਾਰੀ ਵਿਭਾਗਾਂ ਦਾ ਕੰਮਕਾਜ ਹੈ ਜਿਹੜਾ ਪ੍ਰਭਾਵਿਤ ਹੋ ਰਿਹਾ ਸੋ ਜਾਣਕਾਰੀ ਮੁਤਾਬਕ ਟਰਾਂਸਪੋਰਟ ਵਿਭਾਗ ਵਿੱਚ ਮੋਟਰ ਵਹੀਕਲ ਇਨਸਪੈਕਟਰ ਦੀਆਂ 18 ਪੋਸਟਾਂ ਮਨਜ਼ੂਰ ਹਨ ਇਸ ਸਮੇਂ 22 ਜ਼ਿਲ੍ਹਿਆਂ ਵਿੱਚ 5 ਮੋਟਰ ਵਹੀਕਲ ਇਨਸਪੈਕਟਰ ਕੰਮ ਕਰ ਰਹੇ ਨੇ 13 ਪੋਸਟਾਂ ਖਾਲੀ ਨੇ ਸੀਨੀਅਰ ਅਸਿਸਟੈਂਟ ਦੀਆਂ 28 ਮਨਜ਼ੂਰਸ਼ੁਦਾ ਪੋਸਟਾਂ ਵਿੱਚੋਂ 28 ਖਾਲੀ ਪੋਸਟਾਂ ਜਿਹੜੀਆਂ ਪਈਆਂ ਨੇ ਇਸ ਤੋਂ ਇਲਾਵਾ ਟਰਾਂਸਪੋਰਟ ਵਿਭਾਗ ਵਿੱਚ ਅਸਿਸਟੈਂਟ ਟਰਾਂਸਪੋਰਟ ਅਫਸਰਾਂ ਦੀਆਂ 47 ਮਨਜ਼ੂਰਸ਼ੁਦਾ ਪੋਸਟਾਂ ਨੇ ਜਿਨ੍ਹਾਂ ਵਿੱਚੋਂ 43 ਖਾਲੀ ਚੱਲਦੀਆਂ ਨੇ ਇਸ ਤੋਂ ਇਲਾਵਾ ਐਡੀਸ਼ਨਲ ਟਰਾਂਸਪੋਰਟ ਕਮਿਸ਼ਨਰ ਦੀ ਇੱਕੋ ਇੱਕ ਪੋਸਟ ਵੀ ਖਾਲੀ ਹੈ ਲਾ ਅਫਸਰ ਦੀਆਂ ਦੋ ਪੋਸਟਾਂ ਅਤੇ ਦੋਵੇਂ ਖਾਲੀ ਨੇ ਸੁਪਰਡੈਂਟ ਗ੍ਰੇਡ 2 ਦੀਆਂ 14 ਪੋਸਟਾਂ ਵਿੱਚੋਂ 13 ਪੋਸਟਾਂ ਖਾਲੀ ਨੇ ਟਰਾਂਸਪੋਰਟ ਵਿਭਾਗ ਵਿੱਚ ਪਰਸਨਲ ਅਸਿਸਟੈਂਟ ਦੀ ਇੱਕੋ ਇੱਕ ਜਿਹੜੀ ਅਸਾਮੀ ਹੈ ਉਹ ਵੀ ਖਾਲੀ ਪਈ ਹੈ। ਇਸੇ ਤਰ੍ਹਾਂ ਕਲਰਕ ਦੀਆਂ ਟਰਾਂਸਪੋਰਟ ਵਿਭਾਗ ਵਿੱਚ 198 ਪੋਸਟਾਂ ਜਿਨ੍ਹਾਂ ਵਿੱਚੋਂ 84 ਖਾਲੀ ਪਈਆਂ ਨੇ। ਸਟੈਨੋ ਟਾਈਪਿਸਟ ਦੀਆਂ 18 ਪੋਸਟਾਂ 'ਚੋਂ 2 ਖਾਲੀ ਨੇ। ਟਰਾਂਸਪੋਰਟ ਭਾਗ 'ਚ ਜੂਨੀਅਰ ਫੀਲਡ ਇਨਵੈਸਟੀਗੇਟਰ ਦੀਆਂ 2 ਪੋਸਟਾਂ ਖਾਲੀ ਨੇ। ਜਿਹੜੀਆਂ ਖਾਲੀ ਪਈਆਂ ਨੇ। ਪੀਐਮ ਦੀਆਂ 66 ਪੋਸਟਾਂ 'ਚੋਂ 54 ਖਾਲੀ ਨੇ। ਸਵੀਪਰ ਦੀਆਂ ਮਨਜ਼ੂਰਸ਼ੁਦਾ 6 ਪੋਸਟਾਂ ਦੇ ਵਿੱਚੋਂ 4 ਖਾਲੀ ਪਈਆਂ ਨੇ। ਸਟੈਟਿਸਟਿਕਸ ਅਸਿਸਟੈਂਟ ਦੀ ਇੱਕ ਪੋਸਟ ਖ ਪਈ ਐਡੀਟਰ ਦੀਆਂ ਦੋ ਪੋਸਟਾਂ ਤੇ ਦੋਵੇਂ ਹੀ ਖਾਲੀ ਪਈਆਂ ਨੇ ਸਟਾਫ ਕਾਰ ਡਰਾਈਵਰ ਦੀਆਂ ਚਾਰ ਚੋਂ ਦੋ ਪੋਸਟਾਂ ਨੇ ਜਿਹੜੀਆਂ ਖਾਲੀ ਪਈਆਂ ਨੇ ਤਾਂ ਇਹ ਪੰਜਾਬ ਟਰਾਂਸਪੋਰਟ ਭਾਗ ਦੇ ਵਿੱਚ ਖਾਲੀ ਪਈਆਂ ਵੈਕੈਂਸੀਆਂ ਨਾਲ ਸੰਬੰਧਤ ਹੈ ਜਿਹੜੀ ਅਪਡੇਟ ਆ ਚੁੱਕੀ ਹੈ ਬਾਕੀ ਅੱਗੇ ਸਰਕਾਰ ਇਹਨਾਂ 25000 ਵੈਕੈਂਸੀਆਂ ਦੇ ਵਿੱਚ ਇਹਨਾਂ ਪੋਸਟਾਂ ਨੂੰ ਭਰੇਗੀ ਜਾਂ ਨਹੀਂ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਕਲੀਅਰ ਹੈ ਜਿਹੜਾ ਹੋ ਜਾਏਗਾ ਬਾਕੀ ਅੱਗੇ ਜੋ ਅਪਡੇਟਸ ਹੋਣਗੇ ਨਾਲ ਦੀ ਨਾਲ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਧੰਨਵਾਦ